समुचे महापुरुषों के संगता में हाथ लगा के बाबा सर्वज्ञ जी के साथ और इनके नाम नाम मांगा केवल और महापुरुष सदैव जाके के साथ जोड़ के उसके बाद ऐसे जगह तो ऊपर तैयार ना जाएगा समुचिया सारा संप्रदावानिया उसको बेंतिया सारे समुचे मीडिया नू जेतुसी बैच हो तो संगत ਸਾਡੇ ਹਿਰਦਿਆਂ ਵਿੱਚ ਖੁੱਲੀਆਂ ਹੋਈਆਂ
ਵੱਖਰੇ ਵੱਖਰੇ ਸਾਡੇ ਖਿਆਲ ਨੇ, ਸਾਡੇ ਭਵਿੱਖ ਨਾਲ ਸਾਡੀ ਆਜ਼ਾਦੀ ਨਾਲ ਜੁੜੇ ਹੋਏ ਖਿਆਲ ਨੇ, ਸਾਡੇ ਨਾਲ ਸ਼ਹੀਦ ਸਿੰਘਾਂ ਨਾਲ ਜੁੜੇ ਹੋਏ ਖਿਆਲ ਨੇ, ਜਿਹੜੇ ਸ੍ਰੀ ਦਰਬਾਰ ਸਾਹਿਬ ਤੋਂ ਪਹਿਲਾਂ ਤੋਂ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਅਤੇ ਬਾਅਦ ਵਿੱਚ ਆਪਣੀ ਜਾਨ ਦੀਆਂ ਅਹੁਦਿਆਂ ਦੇ ਕੇ ਸਿਰ ਪਾਉਣ ਦੀ ਆਜ਼ਾਦੀ ਲਈ ਦੂਜੇ ਗਏ ਨੇ, ਉਹਨਾਂ ਦਾ ਖੂਨ ਸਾਡੇ ਵਿੱਚ ਬੋਲਦਾ। ਸਾਨੂੰ ਗੁੱਸਾ ਨਹੀਂ, ਪਰ ਜੋ ਬਾਬਾ ਸਰਦਾਰ ਬਾਬਾ ਨਾਨਕ ਸਿੰਘ ਜੀ, ਸਾਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਾਲੇ ਬਦਲ ਕਹਿੰਦੇ ਸਨ, ਉਹ ਅਰਮੀ ਖੇਡਾਂ ਤੱਕ ਸਾਡੀਆਂ ਆਤਮਾਵਾਂ ਪਹੁੰਚਣੀਆਂ ਮੁਸ਼ਕਲ ਨੇ, ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਕਿ ਬਾਬਾ ਜੀ ਕਿਹਨਾਂ ਖਿਆਲਾਂ 'ਚ ਕਿਹਨਾਂ ਵਿਚਾਰਾਂ ਵਿੱਚ ਸਾਨੂੰ ਇੱਥੋਂ ਤੱਕ ਹੀ ਆਏ ਨੇ। ਇਹ ਸਮਾਂ ਲਾਉਣਾ ਸੀ ਜਾਂ ਇਹ ਸਮੇਂ ਦੇ ਪੁੱਤਰਾਂ ਲੈਣੇ ਸੀ ਜਾਂ ਸੰਤਾਂ ਦਾ ਜਰਨੈਲ ਸਿੰਘ ਨੇ ਸਾਡੇ ਸਾਹਮਣੇ ਆਉਣਾ ਸੀ, ਇੱਥੋਂ ਤੱਕ ਸਾਡੀ ਪਹੁੰਚ ਨਹੀਂ ਸੀ। ਮੈਂ ਬੇਨਤੀ ਕਰਾਂ ਕਿ ਇਹ ਸਮਾਂ ਹਾਲੇ ਵਿਚਾਰ ਦਾ ਸਮਾਂ ਹੈ। ਅੱਜ ਜੀ ਬਾਬਾ ਨਾਨਕ ਸਿੰਘ ਦਾ ਸਥਾਨ ਲੱਭਿਆ, ਮੈਂ ਸੋਚੀਆ ਸੰਪਰਦਾਵਾਂ ਨੂੰ, ਸੋਚੇ ਪੰਥ ਨੂੰ ਮਿਲਦਿਆਂ ਨੂੰ, ਸੋਚੇ ਪੰਥ ਨੂੰ ਜੋਦਰੀ ਕਰਾਂਗਾ ਕਿ ਹਾਲੇ ਇਸ ਸੰਪਰਦਾ ਦੇ ਉੱਪਰ ਸਹਿਯੋਗ ਦੀ ਨਿਗਾਹ ਰੱਖਣ ਦੀ ਜ਼ਰੂਰਤ ਹੈ। ਸਰਕਾਰ ਗੁਰੂ ਬਾਬਾ ਬੇਦੀ ਜੀ, ਤੁਹਾਡਾ ਤਾਲੁਕਾ ਵੱਡਾ ਹੈ, ਗੁਰੂ ਨਾਨਕ ਨੇ ਬੜੇ ਵੱਡੇ ਫੈਸਲੇ ਕਰ ਕੀਤੇ ਨੇ, ਤੁਹਾਡੀ ਸੰਤਾਨ ਨੇ ਬਾਬਾ ਸਾਹਿਬ ਸਿੰਘ ਨੇ ਬੜੇ ਵੱਡੇ ਫੈਸਲੇ ਪਾਉਣ ਵਾਲੇ ਕੀਤੇ ਨੇ, ਅੱਜ ਤੁਹਾਡੀ ਸਹਿਯੋਗ ਦੀ ਸਾਨੂੰ ਜ਼ਰੂਰਤ ਹੈ। ਸਾਥ ਆਉਣ ਵਾਲੇ ਸਮੇਂ ਵਿੱਚ ਜੋ ਬਚਪਨ ਬਾਬਾ ਜੀ ਸੰਸਾਰ ਵਿੱਚ ਸ਼ਰੇਆਮ ਕਰਦੇ ਰਹੇ ਨੇ, ਉਹ ਵਿਚਾਰਾਂ ਪੰਥ ਦੇ ਵਿਹੜੇ ਵਿੱਚ ਰੱਖੀਆਂ ਜਾਣਗੀਆਂ। ਇਹ ਕੇਂਦਰ ਕਰਕੇ ਸਾਡੇ ਕੁੱਲਿਆਂ ਦਾ ਕਰਨ ਵਾਲਾ ਫੈਸਲਾ ਨਹੀਂ, ਜਿਹੜੀ ਅੱਜ ਅਸੀਂ ਚੋਣ ਕੀਤੀ ਹੈ ਉਹ ਬਾਬਾ ਨਾਨਕ ਸਿੰਘ ਦਾ ਸਥਾਨ ਲੱਭਿਆ। ਸਾਥ ਸਤਿਗੁਰੂ ਮਹਿਰਤ ਕਰੇ, ਕਿਰਪਾ ਕਰੇ, ਭਾਈ ਹਰਨਾਮ ਸਿੰਘ ਦੇ ਉੱਪਰ ਐਸੀ ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ, ਸਾਨੂੰ ਅਗਲੇ ਅਗਲੀ ਮੰਜ਼ਿਲ ਵੀ ਦਿਸ ਪਾਵੇ, ਅਗਲਾ ਸਥਾਨ ਵੀ ਦਿਸ ਪਾਵੇ, ਨਹੀਂ ਵੀ ਅਸੀਂ ਪੰਥ ਦੇ ਵਿਹੜੇ 'ਤੇ ਜਾਵਾਂਗੇ, ਪੰਥ ਦੇ ਦਰਦਾਂ 'ਤੇ ਜਾਵਾਂਗੇ ਅਤੇ ਹਰ ਇੱਕ ਦੇ ਸਹਿਯੋਗ ਅਤੇ ਹਰ ਇੱਕ ਦੇ ਅੰਤਰ ਆਤਮਾ ਨੂੰ ਭੁੱਲਣ ਦਾ ਯਤਨ ਕਰਾਂਗੇ ਅਤੇ ਬਹੁਤ ਆਉਣ ਵਾਲੇ ਸਮੇਂ ਵਿੱਚ ਅਗਲੀ ਮੰਜ਼ਿਲ ਨੂੰ ਜ਼ਰੂਰ ਤੈਅ ਕਰਾਂਗੇ। ਸਤਿਗੁਰੂ ਰਹਿਮਤ ਕਰੇ, ਫਿਕਰ ਕੋਈ ਨਹੀਂ। ਕਰਕੇ ਧਰ ਪਾਤਸ਼ਾਹ ਅੱਗੇ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਸਾਲ ਸਾਸਨ ਬੜੇ ਪਿੱਛੇ ਸਮੇਂ ਆਏ, ਪਰ ਉਹ ਸਮੇਂ ਅੱਗੇ ਧਰ ਪਾਤਸ਼ਾਹ ਉਹਨਾਂ ਸਮਿਆਂ ਤੋਂ ਇਸ ਸਥਾਨ ਨੂੰ ਲਾਉਣ ਦੇ ਰਹੇ ਨੇ। ਇਸ ਵਾਸਤੇ ਸਿਰਫ ਮੰਥਨ ਕਰਨ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਹੈ, ਪੋਖਣ ਦੀ ਜ਼ਰੂਰਤ ਹੈ, ਫਿਕਰ ਅਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਿਹੜੀ ਚਿੰਤਾ ਵਿੱਚ ਸਾਨੂੰ ਸਤਿਗੁਰੂ ਨੇ ਭਾਲਿਆ ਹੈ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਗਏ ਅਤੇ ਸਤਿਗੁਰੂ ਪਾਤਸ਼ਾਹ ਨੇ ਹੋਰ ਕੀ ਦਿੱਤਾ, ਸਤਿਗੁਰੂ ਨੇ ਆਪਣੇ ਸੁਣੀ ਅਰਦਾਸ ਸੁਣਿਓ ਅਤੇ ਆਨਾ, ਸਤਿਗੁਰੂ ਨੇ ਆਪਣੇ ਸੁਣੀ ਅਰਦਾਸ ਤਾਜ ਆਇਆ ਸਦਾ ਰਾਸ, ਸਾਰੀ ਚਿੰਤਾ ਲੈ ਗਈ। ਸੋ ਸਾਧ ਸੰਗਤ ਇੰਨੀਆਂ ਬੇਨਤੀਆਂ ਦਾਸ ਕਰਕੇ ਸੇਵਾ ਦਾ ਜਾ ਰਿਹਾ ਹੈ, ਜਿੱਥੇ ਹੋਏ ਪ੍ਰੋਗਰਾਮ ਮੁਤਾਬਕ ਹੁਣ ਭਾਈ ਹਰਨਾਮ ਸਿੰਘ ਜੀ ਨੂੰ ਬਾਬਾ ਨਾਨਕ ਸਿੰਘ ਜੀ ਸਾਹਿਬ ਦੇ ਅਗਲਾ ਮੁਖੀ ਤਾਜ ਉਤਾਰੀ 19 ਸਾਲ ਦਾ ਚੁਣਿਆ ਜਾ ਰਿਹਾ ਹੈ। ਦਾਸ ਆਪਣੇ ਵੱਲੋਂ ਕਲਗੀ ਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਮਹਾਰਾਜ ਸਾਡੇ ਕਿਰਨ ਕਰੇ, ਭਾਈ ਹਰਨਾਮ ਸਿੰਘ ਉੱਚਾ ਸੁੱਚਾ ਜੀਵਨ ਬਖਸ ਕੇ ਮਾਹੌਲ ਇਹ ਕੋ ਆ
ਸ਼ਾਹੀ ਆਓ ਇਧਰ
ਬਾਬਾ ਬਣਾ ਰਹੇ ਕੋਲਾ ਫਲੈਸ਼ ਤੇਰੇ ਕੋਲ ਹਾਂਜੀ ਹਾਂਜੀ ਕਿਹੜਾ ਦੇ ਪਿਓ ਕੋਈ ਕਿਹੜਾ ਕਹਾਣੀ ਹੋਈ ਗੁਰੂ ਖਾਲਸਾ ਸਾਹਿਬ
ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਰਗੀਆਂ, ਗਿਆਨੀ ਕਰਤਾਰ ਸਿੰਘ ਵਰਗੀਆਂ ਕੌਮ ਦੀ ਮਹਿਰਾਜ ਸਿੰਘ ਸੀ, ਸੰਤ ਜਰਨੈਲ ਸਿੰਘ ਵਰਗੀਆਂ ਬਾਦਸ਼ਾਹ।
ਤੰਗ 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 ਲਾਇਆ ਜਿਸ ਪ੍ਰਸਾਦ ਤੇ ਬਹਿ ਕਰਾ।